ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕ ਵੀਰੋ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਟਰੈਕਟਰ ਸਰਜਨ ਵੱਲਿਓ ਤਿਆਰ ਕੀਤਾ ਇੱਕ ਟਰੈਕਟਰ ਜੋ ਕਿ ਤੁਹਾਨੂੰ ਵੀਡੀਓ ਵਿੱਚ ਜਿਵੇਂ ਦੇਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਹੀ ਸ਼ਾਨਦਾਰ ਟਰੈਕਟਰ ਇਹ ਤਿਆਰ ਹੋਇਆ ਹੈ ਕੋਈ ਵੀ ਕਮੀ ਜਾਂ ਤਰੁੱਟੀ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਕਲਰ ਵਾਈਜ਼ ਬਹੁਤ ਸੋਹਣਾ ਕਲਰ ਕੀਤਾ ਵੀਰ ਦਲਜੀਤ ਸਿੰਘ ਨੇ ਤੇ ਵੀਰ ਬੂਟਾ ਸਿੰਘ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਮਕੈਨੀਕਲੀ ਕੰਮ ਵੀਰ ਪਾਲਾ ਬਲਜਿੰਦਰ ਤੇ ਜਗਰਾਜ ਇਹਨਾਂ ਨੇ ਬੜਾ ਸ਼ਾਨਦਾਰ ਕੰਮ ਕੀਤਾ ਚਲੋ ਆਪਾਂ ਇਹਦੇ ਬਾਰੇ ਹੁਣ ਥੋੜੀ ਜੀ ਜਾਣਕਾਰੀ ਹੋਰ ਤੁਹਾਡਾ ਵਾਅਦਾ ਕਰੀਏ ਵੀ ਫੋਰਡ 4000 ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਲੁੱਕ ਵਾਈਜ਼ ਤੁਹਾਨੂੰ ਇੱਕ ਵੱਖਰਾ ਟਰੈਕਟਰ ਦੇਖਣ ਨੂੰ ਅੱਜ ਮਿਲ ਰਿਹਾ ਹੈ ਇੰਡੀਆ ਦੇ ਵਿੱਚ 4000 ਟਰੈਕਟਰ ਥੋੜੇ ਹੀ ਪਾਏ ਜਾਣਗੇ ਪਰ ਸੱਚ ਦੱਸਿਆ ਜਾਵੇ ਇਹ ਟਰੈਕਟਰ ਫੋਰਡ 4000 ਨਹੀਂ ਹੈ ਇਹ ਫਾਰਮ ਟਰੈਕ 70 ਟਰੈਕਟਰ ਹੈ ਇਸ ਨੂੰ ਅਸੀਂ ਆਪਣੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਇਹਨੂੰ ਢਾਲਿਆ ਮੋਡੀਫਾਈ ਕੀਤਾ ਆਪਣੀ ਸੋਚ ਮੁਤਾਬਕ ਇਹਨੂੰ ਫੋਰਡ 4000 ਬਣਾਇਆ ਹੋ ਸਕਦਾ ਹੈ ਕਈ ਵੀਰਾਂ ਨੂੰ ਇਹ ਚੀਜ਼ ਪਸੰਦ ਨਾ ਆਵੇ ਵੀ ਅਸੀਂ ਫਾਰਮ ਟਰੈਕ ਨੂੰ ਬਦਲ ਕੇ ਫੋਰਡ ਬਣਾਇਆ ਪਰ ਜਿਹੜੇ ਵੀਰ ਦਾ ਇਹ ਟਰੈਕਟਰ ਵੀਰ ਜਗਸੀਰ ਸਿੰਘ ਜੋ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਦੀ ਸੋਚ ਮੁਤਾਬਕ ਇਸ ਨੂੰ ਇਦਾਂ ਬਣਾਇਆ ਤੇ ਕੋਸ਼ਿਸ਼ ਕੀਤਾ ਵੀ ਵੱਧ ਤੋਂ ਵੱਧ ਵਧੀਆ ਸੇਫਟੀ ਪ੍ਰਕਾਸ਼ਨ ਦੇ ਨਾਲ ਵਧੀਆ ਬਣਾਇਆ ਜਾਵੇ ਤੁਸੀਂ ਦੇਖ ਰਹੇ ਸੀ ਵੀਡੀਓ ਦੇ ਵਿੱਚ ਪੈਰਦਾਨ ਇੱਕ ਵੱਖਰੇ ਹੀ ਸਟਾਈਲ ਦੇ ਪੈਰਦਾਨ ਬਣਾਏ ਗਏ ਨੇ ਬਹੁਤ ਹੀ ਵਧੀਆ ਕੰਮ ਕੀਤਾ ਵੀਰ ਬਲਜੀਤ ਸਿੰਘ ਨੇ ਬੁੱਟਾ ਸਿੰਘ ਨੇ ਰਲ ਕੇ ਬੜਾ ਸੋਹਣਾ ਕੰਮ ਕੀਤਾ ਪੈਰਦਾਨ ਬਣਾਉਣ ਦਾ ਪਲੇਟਫਾਰਮ ਆਮ ਕਰਕੇ ਹੀ ਟਰੈਕਟਰਾਂ ਦੇ ਲੋਕਾਂ ਦੇ ਵਿੱਚ ਚੇਂਜ ਅੱਜਕੱਲ ਤੁਸੀਂ ਦੇਖ ਰਹੇ ਹੋ ਪਲੇਟਫਾਰਮ ਦਾ ਬਹੁਤ ਹੀ ਵੱਡਾ ਰੋਲ ਹੈ ਇਹ ਪੂਰਾ ਸਾਫ਼ ਸੁਥਰਾ ਪਲੇਟਫਾਰਮ ਬਣਾਇਆ ਗਿਆ ਉੱਪਰ ਸੀਲਿੰਗ ਲਾਈ ਗਈ ਜਿਹੜੀ ਜਿਹੜੀ ਕਿ ਗੱਡੀਆਂ ਦੇ ਕਾਫੀ ਚੀਜ਼ਾਂ ਦੇ ਵਰਤੇ ਜਾਂਦੀ ਹੈ ਜਿਹਦੇ ਨਾਲ ਆਪਾਂ ਉਹਨੂੰ ਰਫ ਸਰਫੇਸ ਬਣਾ ਦਿੰਦੇ ਹਾਂ ਜਿਹਦੇ ਨਾਲ ਕੋਈ ਵੀ ਬੰਦਾ ਤਿਲਕਦਾ ਨਹੀਂ ਸੋ ਆਪਾਂ ਪੈਰਦਾਨ ਦੇ ਉੱਪਰ ਉਹ ਸੀਲਿੰਗ ਦਾ ਕੰਮ ਕੀਤਾ ਅਰਜਨ ਨੋਵੋ ਦੇ ਮਡ ਗਾਰਡ ਯੂਜ਼ ਕੀਤੇ ਨੇ ਮਡ ਗਾਰਡ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਜਿਦੇ ਨਾਲ ਆਪਾਂ ਜਿਹੜਾ ਟਾਇਰਾਂ ਦੇ ਨਾਲ ਆਉਣ ਵਾਲਾ ਗਾਰਾ بچਾ ਸਕਦੇ ਆ ਤੇ ਉਹ ਵੀ ਇਸ ਟਰੈਕਟਰ ਦੇ ਨਾਲ ਬੜੇ ਹੀ ਮੈਚ ਕੀਤੇ ਦੇਖੋ ਸ਼ਾਨਦਾਰ ਤਰੀਕੇ ਨਾਲ ਬਹੁਤ ਹੀ ਸਾਫ਼ ਤਰੀਕੇ ਦੇ ਨਾਲ ਉਹ ਜੁੜੇ ਹੋਏ ਨੇ ਤੇ ਉਹ ਟਾਇਰਾਂ ਦੀ ਆਉਣ ਵਾਲੀ ਮਿੱਟੀ ਸਾਰੀ ਆਪਣੇ ਉੱਤੇ ਵੱਜਣ ਤੋਂ ਬਚਾਉਣਗੇ ਸਾਹਮਣੇ ਤੋਂ ਸੇਫਟੀ ਲਈ ਫਾਇਰ ਐਸਟਿੰਗੂਇਸ਼ਰ ਵੀ ਆਪਾਂ ਲਗਾਇਆ ਅਕਸਰ ਹੀ ਆਪਾਂ ਦੇਖਦੇ ਆਂ ਕਈ ਵਾਰ ਖੇਤਾਂ ਦੇ ਵਿੱਚ ਕੰਮ ਕਰਦੇ ਸਮੇਂ ਟਰੈਕਟਰ ਦੇ ਵਿੱਚ ਅੱਗ ਲੱਗ ਜਾਂਦੀ ਆ ਤਾਂ ਇਹ ਫਾਇਰ ਐਸਟਿੰਗੂਇਸ਼ਰ ਹੋਣਾ ਬਹੁਤ ਜ਼ਰੂਰੀ ਆ ਪੇਂਟ ਦੀ ਕੁਆਲਿਟੀ ਦੇਖੋ ਤੁਸੀਂ ਇੰਨਾ ਸਾਫ਼ ਸੁਥਰਾ ਬਣਿਆ ਹੈ ਕਿ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਇਹ ਟਰੈਕਟਰ ਦੁਬਾਰਾ ਤਿਆਰ ਹੋਇਆ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਆਪਾਂ ਜਿਹੜੇ ਹੀਟ ਗਾਰਡ ਲਾਏ ਨੇ ਇਹ ਜੌਂਡੀਅਰ ਕੰਪਨੀ ਦੇ ਆਉਂਦੇ ਨੇ ਟਰੈਕਟਰ ਦੇ ਆਪਾਂ ਉਹ ਲਿਆ ਕੇ ਹੀਟ ਗਾਰਡ ਲਾਏ ਨੇ ਟੂਲ ਬਾਕਸ ਬੈਟਰੀ ਬਾਕਸ ਦੋਨੋਂ ਸਾਈਡ ਅਲੱਗ-ਅਲੱਗ ਦਿੱਤੇ ਗਏ ਨੇ ਟੂਲ ਬਾਕਸ ਦੇ ਉੱਤੇ ਅਲੱਗ ਤੋਂ ਲੋਕ ਲਾ ਕੇ ਉਹਨੂੰ ਆਪਾਂ ਕੋਈ ਵੀ ਚੀਜ਼ ਉਹਦੇ ਵਿੱਚ ਰੱਖ ਸਕਦੇ ਆ ਇਸ ਟਰੈਕਟਰ ਦੇ ਵਿੱਚ ਮਕੈਨੀਕਲੀ ਕੰਮ ਸਾਰਾ ਟੋਟਲੀ ਵਧੀਆ ਤਰੀਕੇ ਨਾਲ ਕੀਤਾ ਗਿਆ 60 ਹਸਪਾਵਰ ਟ੍ਰੈਕਟਰ ਸੀ ਉਸ ਦੇ ਉੱਪਰ ਆਪਾਂ ਟਰਬੋ ਲਗਾਇਆ ਇੰਜਨ ਦਾ ਸਾਰਾ ਕੰਮ ਕੀਤਾ ਗੇਅਰ ਇਹਦੇ ਵਿੱਚ ਪਹਿਲਾਂ ਹੀ ਖਰਾਰੋ ਦਾ ਸੀ ਤੇ ਸਾਰਾ ਖੋਲ ਕੇ ਜਿੰਨਾ ਵੀ ਚੇਂਜ ਕਰ ਸਕਦੇ ਸੀ ਉਹਦੇ ਵਿੱਚ ਸਾਰਾ ਸਵਾਨ ਨਵਾਂ ਪਾਇਆ ਗਿਆ ਕੋਸ਼ਿਸ਼ ਕੀਤੀ ਗਈ ਆ ਕਿ ਕੋਈ ਵੀ ਬਾਅਦ ਵਿੱਚ ਪ੍ਰੋਬਲਮ ਨਾ ਆਈ ਜਾਵੇ ਤਾਂ ਜੋ ਵੀ ਇਹਦੇ ਕੰਮ ਲਿਆ ਜਾਵੇ ਇਸ ਟ੍ਰੈਕਟਰ ਦੇ ਉੱਤੋਂ ਅਕਸਰ ਸਾਰੇ ਮੋਡੀਫਾਈ ਕਰਨ ਵਾਲੇ ਟ੍ਰੈਕਟਰਾਂ ਨੂੰ ਆਪਾਂ ਦੇਖ ਲੈਣੇ ਆਂ ਵੇ ਉਹ ਬਹੁਤ ਹੀ ਵਧੀਆ ਤਿਆਰ ਕੀਤੇ ਹੁੰਦੇ ਨੇ ਪਰ ਕੰਮ ਨਹੀਂ ਲਿਆ ਜਾਂਦਾ ਇਸ ਟਰੈਕਟਰ ਤੋਂ ਕੰਮ ਲਿਆ ਜਾਵੇ ਇਸ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ ਹੈ ਛਤਰੀ ਦੇ ਵਿੱਚ ਕੋਈ ਜ਼ਿਆਦਾ ਮੋਡੀਫਿਕੇਸ਼ਨ ਨਹੀਂ ਸੀ ਨਾਰਮਲ ਲਾਈਟਾਂ ਸਿੰਪਲ ਛਤਰੀ ਤੇ ਸਿੰਪਲ ਹੀ 뮤직 ਸਿਸਟਮ ਲਗਾਇਆ ਗਿਆ ਵੀਰੇ ਦੇ ਸੋਚ ਦੇ ਮੁਤਾਬਕ ਇਹਦੇ ਵਿੱਚ ਇੱਕ ਪੈਰਦਾਨ ਦੇ ਥੱਲੇ ਇੱਕ ਖਾਸ ਮਤਲਬ ਲਾਈ ਗਈ ਸੀ ਕਿ ਸਵਿੱਚ ਜਿਹਦੇ ਨਾਲ ਕੱਟ ਆਫ ਹੋ ਜਾਂਦਾ ਆ ਉਹ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦਿਖਾਈ ਮਾਫੀ ਚਾਹੁੰਦੇ ਆ ਪਰ ਉਹ ਸਵਿਚ ਜਿਹੜੀ ਆ ਉਹ ਇੱਕ ਸੀਕ੍ਰੇਟ ਸਵਿਚ ਹੁੰਦੀ ਆ ਜਦੋਂ ਵੀ ਆਪਾਂ ਮੰਨ ਲਓ ਵੀ ਕਿਸੇ ਤੋਂ ਇਹ ਚੀਜ਼ ਚਲਾਉਣ ਤੋਂ ਬਚਾਉਣਾ ਹੋਵੇ ਤਾਂ ਉਹ ਸਵਿਚ ਕੱਟ ਦੋ ਤਾਂ ਉਹਦਾ ਸਾਰਾ ਕਨੈਕਸ਼ਨ ਕੱਟਿਆ ਜਾਂਦਾ ਹੋਰ ਕਾਫੀ ਚੀਜ਼ਾਂ ਨੇ ਇਹਦੇ ਵਿੱਚ ਕਾਫੀ ਵਧੀਆ ਚੀਜ਼ਾਂ ਸੈਲਫ ਜਿਹੜੀ ਆ ਉਹ ਆਪਾਂ オリジナル ਰੱਖੀ ਆ ਤੇ ਜਿਹੜੀ ਇਹਦੇ ਵਿੱਚ ਟਰਬੋ ਲਗਾਈ ਗਈ ਆ ਉਹਦੇ ਵਿੱਚ ਇਹ ਦੱਸਣਾ ਜ਼ਰੂਰੀ ਆ ਵੀ ਟਰੈਕਟਰ ਨੂੰ ਸਟਾਰਟ ਕਰਨ ਵੇਲੇ ਤੇ ਬੰਦ ਕਰਨ ਤੋਂ ਪਹਿਲਾਂ 2 ਮਿੰਟ ਬਿਨਾਂ ਰੇਸ ਕੀਤੇ ਚਲਾਓ। ਇਹ ਕਾਰਨ ਜ਼ਰੂਰ ਤੁਹਾਨੂੰ ਜਾਣ ਲੈਣਾ ਚਾਹੀਦਾ ਵੀ ਟਰਬੋ ਬਲਾਸਟ ਕਰ ਸਕਦੀ ਆ ਜਿੰਨਾ ਟਾਈਮ ਉਹਦੇ ਵਿੱਚ ਤੇਲ ਨਹੀਂ ਪਹੁੰਚਦਾ ਸੋ ਇੱਕਦਮ ਸਟਾਰਟ ਕਰਨ ਤੋਂ ਬਾਅਦ ਰੇਸ ਨਹੀਂ ਦੇਣੀ ਚਾਹੀਦੀ ਤੇ ਇੱਕਦਮ ਰੇਸ ਬੰਦ ਨਹੀਂ ਕਰਨੀ ਚਾਹੀਦੀ ਮਤਲਬ ਬੰਦ ਕਰਨ ਤੋਂ ਪਹਿਲਾਂ ਸੋ ਉਹਨੂੰ ਜਿਹੜੀ ਰੇਸ ਆ ਉਸ ਨੂੰ ਕੰਟਰੋਲ ਵਿੱਚ ਕਰਕੇ ਉਸ ਤੋਂ ਬਾਅਦ ਹੀ ਟਰੈਕਟਰ ਨੂੰ ਬੰਦ ਕੀਤਾ ਜਾਵੇ ਜ਼ਰੂਰੀ ਜਾਣਕਾਰੀ ਹੈ। LED ਲਾਈਟਾਂ ਸਟicker ਬੜੇ ਸੋਹਣੇ ਬਣਾਏ ਨੇ ਦਵਿੰਦਰ ਵੀਰ ਹੁਣਾ ਨੇ ਇਸ ਟਰੈਕਟਰ ਨੂੰ ਸਜਾਇਆ। ਇਹਦੀਆਂ ਮਤਲਬ ਵੀ ਕਾਫੀ ਖੂਬੀਆਂ ਨੇ ਇਹਦੇ ਵਿੱਚ ਜਿਹੜੀ ਛਤਰੀ ਆ ਜਾਂ ਸੀਟ ਆ ਜਿਹੜੀ ਇਹ ਸੀਟ ਆ ਸੈਂਸਰ ਵਾਲੀ ਸੀਟ ਆ ਜੀ ਜਿਹਦੇ ਵਿੱਚ ਬੰਦਾ ਬੈਠੇਗਾ ਤੇ ਬੈਠਣ ਤੋਂ ਬਾਅਦ ਮਤਲਬ ਉਹਦੇ ਭਾਰ ਦੇ ਉੱਤੇ ਸੈੱਟ ਕੀਤੀ ਜਾਂਦੀ ਆ ਫੇਰ ਹੀ ਇਹ ਸੈਲਫ ਸਟਾਰਟ ਕਰਦਾ ਸੋ ਵਾਰਨਿੰਗ ਦਿੱਤੀ ਗਈ ਆ ਜੀ ਪੀਟੀਓ ਕ ਦੀ ਇਹਦੇ ਵਿੱਚ ਤੇ ਲਿਫਟ ਤੁਸੀਂ ਜਦੋਂ ਯੂਜ਼ ਕਰਨੀ ਆ ਜਾਂ ਪੀਟੀਓ ਜਦੋਂ ਤੁਸੀਂ ਯੂਜ਼ ਕਰਨੀ ਆ ਤਾਂ ਲਿਫਟ ਕਿੱਥੇ ਹੋਣੀ ਚਾਹੀਦੀ ਆ ਤਾਂ ਉਹਦੀ ਵਾਰਨਿੰਗ ਸਾਰੀ ਆਪਾਂ ਸਟicker ਲਗਾਏ ਗਏ ਨੇ ਤੇ ਹੋਰ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਦੀ ਜਿਹੜੀ ਲਿਫਟ ਕਪੈਸਿਟੀ ਆ ਬਾਕੀ ਆਮ ਟਰੈਕਟਰ ਨਾਲੋਂ ਜ਼ਿਆਦਾ ਆ ਤੇ ਜਿਹੜੇ ਆਹਾ ਆਪਾਂ ਸਟੈਬਲਾਈਜ਼ਰ ਲਾਏ ਨੇ ਇਹ ਵੀ ਅਰਜੁਨ ਟਰੈਕਟਰ ਦੇ ਲਿਆ ਕੇ ਲਾਏ ਨੇ ਬੜੇ ਵਧੀਆ ਤਰੀਕੇ ਨਾਲ ਲਾਏ ਗਏ ਨੇ ਇਹਦੀਆਂ ਕਾਫੀ ਹੈਵੀ ਜਾਨੀ ਇਹ ਸਟੈਬਲਾਈਜ਼ਰ ਨੇ ਔਰ ਔਰ ਇਹਦੀ ਜਿਹੜੀ ਲਿੰਕਾਂ ਨੇ ਉਹ ਵੀ ਕਾਫੀ ਵਧੀਆਂ ਨੇ ਜੈਕ ਦੇਖ ਸਕਦੇ ਹੋ ਤੁਸੀਂ ਪੀਟੀਓ ਦੇਖ ਸਕਦੇ ਹੋ ਪੀਟੀਓ ਡਬਲ ਕੰਮ ਕਰਦੀ ਹੈ ਇਹਦੀ 540 ਤੇ 750 ਦੇ ਉੱਤੇ ਜਿਵੇਂ ਕਿ ਸਾਡੇ ਮਕੈਨਿਕਾ ਨੇ ਦੱਸਿਆ ਤੇ ਟਾਇਰ ਇਹਦੇ ਵਿੱਚ ਪਹਿਲਾਂ 16 9 30 ਦੇ ਹੁੰਦੇ ਸੀ ਸੋ ਦੇ ਹੀ ਰਿਮ ਯੂਜ਼ ਕੀਤੇ ਗਏ ਨੇ ਤੇ ਹੁਣ ਇਹਦੇ ਵਿੱਚ 18 4 30 ਦੇ ਟਾਇਰ ਪਾਏ ਗਏ ਨੇ ਦੋ ਨੰਬਰ ਵੱਡੇ ਤੇ ਵਿੱਚ ਰਿਮਾਂ ਦੇ ਆਪਾਂ ਇੱਕੋ ਸਾਈਡ 2 2 80 ਕਿਲੋ ਦੇ ਜਾਨੀ weight ਪਾਏ ਨੇ ਸੋ ਇੱਕ ਕਵਾਂਟਲ 60 ਕਿਲੋ ਇੱਕ ਸਾਈਡ ਭਾਰ ਬਣ ਜਾਂਦਾ ਤੇ ਦੋਨੋਂ ਸਾਈਡ 3 ਕਵਾਂਟਲ 20 ਕਿਲੋ ਸੋ ਕਾਫੀ ਪਿੱਛੋਂ ਭਾਰ ਦਾ ਤੇ ਹੈਵੀ ਕੀਤਾ ਗਿਆ ਇਹ ਕੰਮ ਕਿਉਂਕਿ ਵੀਰੇ ਹੁਣਾ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਆਪਾਂ ਬਈ ਇਸ ਟਰੈਕਟਰ ਤੋਂ ਕੰਮ ਲੈਣਾ ਸੋਨਾ ਵੀ ਬਣਾਉਣਾ ਤੇ ਕੰਮ ਵੀ ਲੈਣਾ ਸੋ ਮੂਰੇ ਵੀ ਇਹਦੇ ਵੇਟ ਕਾਫੀ ਸੋਹਣੇ ਲੱਗਦੇ ਨੇ ਪਾਏ ਹੋਏ ਫਾਰਮ ਟਰੈਕ ਦੇ ਨੇ origignal ਵੇਟ ਨੇ ਤੇ ਅਲਟੀਨੇਟਰ ਸਾਰਾ ਨਮਾ ਆ ਤੇ ਪੰਪ ਜਿਹੜਾ ਆਪਣਾ ਉਹ ਵੀ ਨਮਾ ਆ ਚਲੋ ਆ ਪੰਜ ਕੰਮ ਕੀਤਾ ਇਹ ਤੋਂ ਚਲਾ ਕੇ ਦੇਖਿਆ ਇਹਨੂੰ ਤਵੀਆਂ ਤੇ ਵਾ ਕੇ ਦੇਖਿਆ ਸੋ ਉਹਦੇ ਨਾਲ ਪੱਠੀ ਮੱਚ ਚੁੱਕੀ ਸੀ ਤੇ ਹੋਰ ਜਿਹੜੇ ਚੀਜ਼ਾਂ ਨੇ ਇਹਦੇ ਵਿੱਚ ਦੱਸਣ ਵਾਲੀਆਂ ਉਹ ਤੁਸੀਂ ਧਿਆਨ ਦੇ ਰਹੇ ਹੋਮੋ ਗੇ ਕੇ ਟਰੈਕਟਰ ਦੇ ਵਿੱਚ ਫਿਲਟਰ ਜਿਹੜੇ ਨੇ ਉਹ ਵੱਖਰੇ ਹੀ ਰੰਗ ਦੇ ਦੇਸੀ ਜਾਂਦੇ ਨੇ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਵੀ ਵੀਰਾ ਕਹਿੰਦਾ ਵੀ ਥੋੜੇ ਟਾਈਮ ਬਾਅਦ ਜਦੋਂ ਆਪਾਂ ਫਿਲਟਰ ਚੇਂਜ ਕਰਾਂਗੇ ਤਾਂ ਉਦੋਂ ਵੀ ਤਾਂ ਆਪਾਂ ਕਿਹੜਾ ਰੰਗ ਕਰਕੇ ਲਾਵਾਂਗੇ ओरिजिनल ਜੋ ਆਉਂਦੇ ਨੇ ਜਿਵੇਂ ਆਉਂਦੇ ਨੇ ਉਵੇਂ ਹੀ ਲਾਉਣੇ ਚਾਹੀਦੇ ਨੇ ਇਹ ਸਾਨੂੰ ਵੀ ਗੱਲ ਪਸੰਦ ਲੱਗੀ ਵੀ ਚਲੋ ਜਿਵੇਂ ਕੰਪਨੀ ਦੇ ਆਉਂਦੇ ਨੇ ਆਪਾਂ ਉਹਵੇਂ ਹੀ ਲਾਉਣੇ ਚਾਹੀਦੇ ਨੇ 65 ਐਂਪੀਅਰ ਦਾ ਅਲਟਰਨੇਟਰ ਤੁਸੀਂ ਦੇਖ ਸਕਦੇ ਹੋ ਲੱਗਿਆ ਬੋਸ਼ ਕੰਪਨੀ ਦਾ ਤੇ ਟੈਂਡਮ ਪੰਪ ਪਹਿਲਾਂ ਅਸੀਂ ਇਹਦੇ ਵਿੱਚ ਲਾਇਆ ਸੀ ਪਹਿਲਾਂ ਸਾਡੀ ਸੋਚ ਸੀ ਵੀ ਆਪਾਂ ਇਹਨੂੰ ਲੋਡਰ ਲਾਉਣਾ ਪਰ ਲੋਡਰ ਲਾਉਣ ਨੂੰ ਅਸੀਂ ਫੇਰ ਥੋੜਾ ਜਿਹਾ ਕੈਨਸਲ ਕਰ ਦਿੱਤਾ ਜਿਵੇਂ ਐਡਾ ਵੱਡਾ ਸੋਹਣਾ ਟਰੈਕਟਰ ਤਿਆਰ ਕਰ ਰਹੇ ਆਂ ਤੇ ਇੱਕ ਇਹਦੇ ਚ ਟੈਕਨੀਕਲ ਵੀ ਇਸ਼ੂ ਆਇਆ ਸੀ ਵੀ ਇਹਦਾ ਜਿਹੜਾ ਗੇਅਰ ਦਾ ਆਇਲ ਦਾ ਟਰਾਂਸਮਿਸ਼ਨ ਆਇਲ ਆ ਉਹ 80 90 ਨੰਬਰ ਹੁੰਦਾ ਤੇ ਜਦੋਂ ਆਪਾਂ ਲੋਡਰ ਦੇ ਲਈ ਤੇਲ ਉੱਥੋਂ ਲੈਣਾ ਸੀ ਤਾਂ ਉਹ ਟਰਾਂਸਮਿਸ਼ਨ ਆਇਲ ਥੋੜਾ ਜਿਆਦਾ ਹੈਵੀ ਹੋਣ ਕਰਕੇ ਉਹਦੇ ਨਾਲ ਲੋਡਰ ਦੀ ਸਪੀਡ ਨਹੀਂ ਸੀ ਬਣੀ ਸੋ ਉਹ ਆਪਾਂ ਕੈਨਸਲ ਕਰ ਦਿੱਤਾ ਤੇ ਆਪਾਂ ਨੂੰ ਉਹ ਚੇਂਜ ਕਰਨਾ ਪਿਆ ਟੈਂਡਮ ਪੰਪ ਉਤਾਰ ਕੇ ਸਿੰਗਲ ਪੰਪ ਹੀ ਕਰਨਾ ਪਿਆ ਤੇ ਇਹਦੇ ਵਿੱਚ ਆਪਾਂ ਆਇਲ ਕੁਲਰ ਸਪੈਸ਼ਲ ਲਗਾਇਆ ਜੌਂਡੀਅਰ ਕੰਪਨੀ ਦਾ ਜਿਹਦੇ ਨਾਲ ਜਿਹੜਾ ਆਪਣਾ ਟਰਾਂਸਮਿਸ਼ਨ ਆਇਲ ਆ ਉਹ ਸਾਫ਼ ਹੋ ਸਕੇ ਸੋਸੋ ਨੂੰ ਦਿਖਾ ਰਹੇ ਆ ਵੀ ਇਹ ਜਿਹੜੀ 4000 ਟਾਈਪ ਦੀ ਮੂਹਰੀ ਫਰੰਟ ਗ੍ਰਿਲ ਬਣਾਈ ਗਈ ਆ ਨਾ ਇਹਦੇ ਵਿੱਚ ਬੂਟੇ ਨੇ ਇੰਨਾ ਸੋਹਣਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਬਈ ਫੋਰਡ ਦੇ ਮੂੰਹ ਤੋਂ 3600 ਦੇ ਮੂੰਹ ਤੋਂ ਇੱਕ ਮੂੰਹ ਬਣਾਇਆ ਤਿਆਰ ਕੀਤਾ ਆਪ ਦੀ ਸੋਹਜਪਤਾਵਕ 4000 ਵਾਲਾ ਤੁਸੀਂ ਦੋਰੋਂ ਲੁੱਕ ਦੇਖ ਸਕਦੇ ਹੋ ਬੂਟਾ ਵੀ ਫੋਟੋਆਂ ਖਿੱਚ ਰਿਹਾ ਆ ਆ ਤੇ ਬੜਾ ਸੋਹਣਾ ਲੱਗ ਰਿਹਾ ਏ ਟਰੈਕਟਰ ਵੀਰੇ ਹੁਣਾ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਜੇ ਕੋਈ ਚੀਜ਼ ਬੋਲਣ ਵਾਲੀ ਰਹਿ ਵੀ ਗਈ ਹੋਵੇ ਸਾਇਲੈਂਸਰ ਹੋ ਗਿਆ オリジナル ਲੈ ਲਾਇਆ ਬਣਵਾ ਕੇ ਜਸਪ੍ਰੀਤ ਤੋਂ ਹੋਰ ਜੇ ਕੋਈ ਚੀਜ਼ ਰਹਿ ਵੀ ਗਈ ਹੋਵੇ ਉਹਦੇ ਲਈ ਮਾਫੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡਾ ਸਮਾਂ ਦੇਣ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡਾ ਦੱਸਿਓ ਵੀ ਤੁਹਾਨੂੰ ਕੰਮ ਕਿਵੇਂ ਲੱਗਿਆ ਕੰਟੈਕਟ ਨੰਬਰ ਯਾਦ ਰੱਖਿਓ ਟਰੈਕਟਰ ਸਰਜਨ ਸਦਮਾ ਕਲਾ ਵਾਲੇ ਧੰਨਵਾਦ ਜੀ ਸਾਰੇ